ਬਣਾਉਣ ਲੱਗੀ ਹਾਂ ਸਾਂਬਰ, ਅਤੇ ਜੋ ਵੀ ਵੈਜੀਟੇਬਲਸ ਮੇਰੇ ਕੋਲ ਅਵੇਲੇਬਲ ਸੀ ਉਹ ਮੈਂ ਪਾਈਆਂ, ਤੁਸੀਂ ਉਹ ਪਾ ਸਕਦੇ ਹਾਂ ਜੋ ਤੁਹਾਡੇ ਕੋਲ ਹੋਰ ਹੋਣ, ਜਿਵੇਂ ਸ਼ਿਮਲਾ ਮਿਰਚ ਹੈ, ਹਰੇ ਮਟਰ ਹੈ, ਐਨੀਥਿੰਗ, ਬੈਂਗਣ, ਕੱਦੂ, ਵਟ ਐਵਰ ਯੂ ਫੀਲ ਲਾਈਕ। ਇੱਧਰ ਆਪਾਂ ਸਬਜ਼ੀਆਂ ਨੂੰ ਸੌਟੇ ਕਰਨ ਵਾਸਤੇ ਮੈਂ ਥੋੜ੍ਹਾ ਜਿਹਾ ਮੱਖਣ ਪਾਇਆ, ਇਹਦੇ 'ਚ ਪਾਵਾਂਗੇ ਜੀਰਾ, ਥੋੜ੍ਹੀ ਜਿਹੀ ਹਿੰਗ, ਸਾਰਾ ਕੁਛ ਥੋੜ੍ਹਾ ਜਿਹਾ ਮੋਟਾ ਮੋਟਾ ਕੱਟ ਕੇ ਪਾਉਣਾ, ਕਿਉਂਕਿ ਜ਼ਿਆਦਾ ਘੁਲੀ ਜਿਹੀ ਸਬਜ਼ੀ ਸਾਂਬਰ 'ਚ ਨਹੀਂ ਵਧੀਆ ਲੱਗਦੀ। ਇਹ ਹੁਣ ਸੌਟੇ ਕਰਨ ਲਈ ਆਪਾਂ ਰੱਖ ਦਾਂਗੇ। ਇੱਕ ਬਾਊਲ 'ਚ ਥੋੜ੍ਹੀ ਜਿਹੀ ਇਮਲੀ ਆਪਾਂ ਭਿਉਂ ਕੇ ਰੱਖ ਦਾਂਗੇ, ਜਿਹੜੀ ਕਿ ਬਾਅਦ 'ਚ ਆਪਾਂ ਇਹਦੇ 'ਚ ਐਡ ਕਰਾਂਗੇ ਸਾਂਬਰ 'ਚ ਖਟਾਈ ਲਈ। ਇਹਨੂੰ ਕਵਰ ਕਰਕੇ ਰੱਖ ਦਿਓ, ਇਹ ਬਾਅਦ 'ਚ ਆਪਣੇ ਕੰਮ ਆਊ। ਆ ਜੀ ਹਰਾ ਦੀ ਦਾਲ, ਮੈਂ ਇੱਕ ਕੌਲੀ ਲਈ ਹੈ, ਤੁਸੀਂ ਆਪਦੇ ਅਕੋਰਡਿੰਗ ਜੋ ਤੁਹਾਨੂੰ ਠੀਕ ਲੱਗਦਾ ਜਾਂ ਜਿੰਨਾ ਮੈਜ਼ਰ ਤੁਸੀਂ ਲੈਣਾ ਉਹਨਾਂ ਤੁਸੀਂ ਕਰ ਸਕਦੇ ਹੋ। ਮਿਰਚ ਪਾਣੀ ਤੁਸੀਂ ਅੰਦਾਜ਼ੇ ਨਾਲ ਪਾ ਕੇ ਆਪਾਂ ਉਹ ਦਾਲ ਉਹਦੇ 'ਚ ਪਾ ਦੇਣੀ ਹੈ, ਅਤੇ ਇਹਦੇ 'ਚ ਸਿਰਫ ਨੂਣ ਅਤੇ ਹਲਦੀ ਪਾਉਣੀ ਹੈ ਆਪਾਂ, ਬਾਕੀ ਮਸਾਲਾ ਜਿਹੜਾ ਉਹ ਬਾਅਦ 'ਚ ਪਾਵਾਂਗੇ। ਕੁੱਕਰ ਨੂੰ ਬੰਦ ਕਰਕੇ ਆਪਾਂ 2 ਵਿਸਲਸ ਤੱਕ ਇਹਨੂੰ ਪਕਾਉਣਾ, ਫਿਰ ਉਸ ਤੋਂ ਬਾਅਦ ਜੋ ਵੀ ਤੜਕਾ ਲਾਉਣਾ ਉਹ ਲਾਵਾਂਗੇ। ਦੇਰ ਇਮਲੀ ਨੂੰ ਮੈਸ਼ ਕਰ ਲਾਂਗੇ ਹੁਣ ਚੰਗੀ ਤਰ੍ਹਾਂ। ਇਹਨੂੰ ਆਪਾਂ ਇਮਲੀ ਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਇਹਨੂੰ ਛਾਣ ਲੈਣਾ। ਜਿਹੜੀਆਂ ਸਬਜ਼ੀਆਂ ਆਪਾਂ ਸੌਟੇ ਕੀਤੀਆਂ ਸੀ, ਕੁੱਕਰ ਖੋਲ੍ਹ ਕੇ ਆਪਾਂ ਉਹਦੇ 'ਚ ਮਿਕਸ ਕਰ ਦਾਂਗੇ ਦਾਲ 'ਚ। ਨਾਲ ਹੀ ਆਪਾਂ ਪਾਉਣਾ ਹੈ ਇਮਲੀ ਦਾ ਪਾਣੀ, ਇਹਨੂੰ ਥੋੜ੍ਹੀ ਦੇਰ ਇੱਦਾਂ ਹੀ ਰਿੱਝਣ ਦੇਣਾ ਖੁੱਲ੍ਹਾ। ਜਿਹਦੇ 'ਚ ਆਪਾਂ ਸਬਜ਼ੀਆਂ ਸੌਟੇ ਕੀਤੀਆਂ ਸੀ ਆਹ ਹੈਗਾ ਜੀ ਕੋਕੋਨਟ ਵਰਜਨ ਆਇਲ ਤੜਕੇ ਵਾਸਤੇ। ਇਹਦੇ 'ਚ ਪਾਉਣਾ ਹੈ ਜੀ ਸਾਂਬਰ ਮਸਾਲਾ ਤੁਸੀਂ। ਇਹ ਲਾਉਣਾ ਆਪਾਂ ਤੜਕਾ ਰਾਈ ਦਾ, ਨਾਲ ਕੜੀ ਪੱਤਾ। ਇਹ ਤੜਕਾ ਆਪਾਂ ਪਾ ਦੇਣਾ ਸਾਂਬਰ, ਅਤੇ ਸਾਂਬਰ ਇਜ਼ ਰੈਡੀ। ਤੁਸੀਂ ਇਹਨੂੰ ਚੌਲਾਂ ਨਾਲ, ਡੋਸੇ ਨਾਲ, ਜਿਹਦੇ ਨਾਲ ਤੁਹਾਡਾ ਦਿਲ ਕਰੇ ਤੁਸੀਂ ਖਾ ਸਕਦੇ ਹੋ। ਬਣਾਓ, ਖਾਓ ਅਤੇ ਮੈਨੂੰ ਦੱਸੋ ਵੀ ਕਿੱਦਾਂ ਬਣਿਆ।